हाँ, वाहिगुरु जी का खालसा, वाहिगुरु जी की फतेह। मेरा नाम रिंपी है, श्री मुक्तसर साहब तो। साढ़े परिवार की ना बड़े मन की सी कि असी शहादत नूं असी समर्पण करिए, शहादतां नूं, कि असी सवेरे परिवार के नाल दुध का लंगर लाइए सारयां नूं, मतलब साहिबजादियां दी याद च। ते असी हुण सवेरे आपदे परिवार नाल मतलब रिश्तेदार दोस्तां नाल सहमति करके असी इत्थे दुध का लंगर ला रहे हैं परिवार नाल। कुछ मेरे बच्चे, मेरे पति दे सहयोग नाल असी सवेरे 4 बजे उठते हैं। 4 बजे उठ के इशनान करके, पाठ करके, दुध की सेवा करते, फिर इत्थे आईदा है। ये तो उपराला है, हिम्मत है, वह वाहेगुरु की कृपा नाल है। वो तो बिना तो पत्ता भी नहीं हिलता गा। जे हिम्मत करो तो ठंड, जे वह साहबजादे इन्नी ठंड में ठंडे बुरज च बह सकते हैं, ਤੇ ਅਸੀਂ ਤਾਂ ਉਹਨਾਂ ਸਾਹਮਣੇ ਤਾਂ ਇੱਕ ਕਹਿੰਦੇ ਨਾ ਇੱਕ ਕੀੜੀ ਜਿੰਨੇ ਵੀ ਨਹੀਂ ਹੈਗੇ ਕਿ ਅਸੀਂ ਸਹਿ ਸਕੀਏ। ਤੇ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਬੱਚਿਆਂ ਨੂੰ। ਇਹ ਮਾਵਾਂ ਤੇ ਮਾਵਾਂ ਦੇ ਸਿਰ ਤੇ ਹੀ ਹੈ, ਘਰ ਦੀਆਂ ਲੇਡੀਜ਼ ਦੇ ਸਿਰ ਤੇ ਹੈ ਕਿ ਕਿਵੇਂ ਉਪਰਾਲਾ ਕਰਨਾ। ਜੇ ਉਹਨਾਂ ਦੇ ਜੇ ਮਾਤਾ ਜੀ ਹਿੰਮਤ ਦਿੱਤੀ, ਉਹਨਾਂ ਸਾਹਿਬਜ਼ਾਦਿਆਂ ਨੇ ਦਿੱਤੀ ਇੰਨੀ ਸ਼ਹਾਦਤ ਦਾ, ਉਹਨਾਂ ਨੇ ਕਹਿੰਦੇ ਨਾ ਕਿ ਸੋਚ ਵੀ ਨਹੀਂ ਸਕਦੇ ਕਿ ਉਹ ਮਾਂ ਤੇ ਕੀ ਬੀਤੀ। ਜਿਹੜੇ ਛੋਟੇ ਸਾਹਿਬਜ਼ਾਦੇ ਨੂੰ ਦੇਖਦੇ ਆ, ਇਹ ਘਰ ਦੀ ਲੇਡੀਜ਼ ਤੇ ਮਾਂ ਤੇ ਹੀ ਡਿਪੈਂਡ ਹੈ ਕਿ ਅਸੀਂ ਬੱਚਿਆਂ ਨੂੰ, ਘਰਦਿਆਂ ਨੂੰ ਕਿਵੇਂ ਉਠਾਈਏ, ਕਿਵੇਂ ਉਪਰਾਲਾ ਕਰੀਏ, ਕਿਵੇਂ ਗੁਰੂ ਦੇ ਲੜ ਲਈਏ। ਬਸ ਉਹ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਪਰਿਵਾਰ ਨੇ ਹਿੰਮਤ ਦਿੱਤੀ ਹੈ। ਬੱਚਾ ਛੋਟਾ ਹੈ, ਉਹ ਤਾਂ ਜਦੋਂ ਅਸੀਂ ਸ਼ੁਰੂ ਕੀਤਾ ਸਕੂਲ ਲੱਗੇ ਸੀਗੇ, ਤੇ ਅਸੀਂ ਇੱਕ ਦਿਨ ਕਿਹਾ ਕਿ ਤੂੰ ਸਵੇਰ ਦਾ 3:30 ਦਾ ਉੱਠਿਆ, ਉਲਟਾ ਸਾਨੂੰ ਉਹਨੇ 2:30 ਵਜੇ ਉਠਾਤਾ, ਉੱਠੋ ਅਸੀਂ ਅੱਜ ਜਾਣਾ ਹੈ। ਤੇ ਪਹਿਲੇ ਦਿਨ ਦੀ ਸੇਵਾ ਅਸੀਂ ਕਿਹਾ ਅਜੇ 4 ਵਜੇ ਉੱਠਣਾ ਹੈ, ਕਹਿੰਦਾ ਨਹੀਂ ਉੱਠੋ। ਤੇ ਫਿਰ ਅਸੀਂ ਕਿਹਾ ਚੱਲ ਅੱਜ ਛੁੱਟੀ ਕਰ ਲੈ, ਨਾ ਰੋਣ ਲੱਗ ਗਏ, ਮੈਂ ਛੁੱਟੀ ਨਹੀਂ ਕਰਨੀ ਗੀ, ਮੈਂ ਜਾਣਾ ਵੀ ਹੈ ਤੇ ਮੈਂ ਸੇਵਾ ਵੀ ਕਰਨੀ ਹੈ। ਤੇ ਇੱਕ ਦਿਨ ਤਾਂ ਅਸੀਂ ਧੁੰਦ ਕਰਕੇ ਲੇਟ ਹੋ ਗਏ, ਤੇ ਇੰਨਾ ਰੋਇਆ ਕਿ ਹਾਂ ਅੱਜ ਜਲਦੀ ਕਿਉਂ ਨਹੀਂ ਗਏ। ਤੇ ਕੁਛ ਬੱਚੇ ਦੀ ਹਿੰਮਤ, ਪਰਿਵਾਰ ਦੀ ਹਿੰਮਤ, ਬਸ ਇੰਨਾ ਕਿ ਧੀਆਂ ਭੈਣਾਂ ਨੂੰ ਹੈ ਕਿ ਉਹਨਾਂ ਦੇ ਸਿਰ ਤੇ ਹੀ ਕਿ ਬੱਚਿਆਂ ਨੂੰ ਕਿਵੇਂ ਕਿਹੜੇ ਸਾਰ ਲੜ ਲਾਣਾ। ਮੇਰਾ ਨਾਮ ਵਾਰਿਸ ਹੈ ਤੇ ਅਸੀਂ ਲੰਗਰ ਲਾਇਆ ਇਸ ਲਈ ਕਿਉਂਕਿ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹਨਾਂ ਦੀ ਯਾਦ ਵਿੱਚ ਅਸੀਂ ਲਾਇਆ। ਛੋਟੇ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਦੀ, ਉਹਨਾਂ ਦੀ ਯਾਦ ਵਿੱਚ ਅਸੀਂ ਦੁੱਧ, ਰਸ ਤੇ ਬਿਸਕੁਟ ਦਾ ਲੰਗਰ ਲਾਉਂਦੇ ਹਾਂ 21 ਤੋਂ 28 ਤੱਕ, 6 ਪੌਹ ਤੋਂ ਲੈ ਕੇ 13 ਪੌਹ ਤੱਕ ਤੇ ਅਸੀਂ ਲਾਉਂਦੇ ਹਾਂ। ਉਹ ਠੰਡੇ ਬੁਰਜ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਦੇਣ ਆਉਂਦਾ ਸੀ ਦੁੱਧ। ਇਤਿਹਾਸ ਕਿੱਥੋਂ ਪਤਾ ਲੱਗਿਆ, ਕਿੰਨੇ ਵਜੇ ਉੱਠਦੇ? ਆ ਮੈਨੂੰ ਇਤਿਹਾਸ ਪਤਾ ਚੱਲਿਆ ਇੱਕ ਟੀਵੀ ਤੋਂ ਤੇ ਮੋਬਾਈਲ ਤੋਂ, ਤੇ ਮੈਂ ਸਾਰਾ ਸੁਣਨਾ ਪਾਪਾ ਤੋਂ ਵੀ, ਮੰਮਾ ਤੋਂ ਵੀ। ਤੇ ਇਸ ਤੋਂ ਇਲਾਵਾ ਕੋਈ ਵੀ ਮੈਂ ਉੱਥੇ ਵੇਖਦਾ। ਬੇਟਾ ਸਿਮਰਨ ਕਰਦੇ ਹੋ? ਕਾਹਦਾ ਸਿਮਰਨ ਕਰਦੇ ਹੋ ਸਵੇਰੇ? ਮੂਲ ਮੰਤਰ, ਸਰਮਸਤਕ ਤੇ ਅਰਦਾਸ। ਮੂਲ ਮੰਤਰ ਸੁਣਾ ਕੇ ਤੁਹਾਨੂੰ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤਿ, ਅਜੂਨੀ ਸੈਭਮ ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਬੱਚੇ ਸੀ ਮਾਸੂਮ ਭਾਵੇਂ, ਹੌਸਲੇ ਬੁਲੰਦ ਸੀ, ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ, ਜਾਣ ਵੇਲੇ ਮੌਤ ਵੱਲ ਹੱਸ ਹੱਸ ਵੇਖਦੇ ਸੀ, ਬੜੇ ਹੀ ਮਹਾਨ ਦਾਤਾ ਤੇਰੇ ਫਰਜ਼ੰਦ ਸੀ। ਬੋਲੇ ਸੋਨੇਹਾਲ, ਸਤਿ ਸ੍ਰੀ ਅਕਾਲ। ਇੱਕ ਇਤਿਹਾਸ ਵੀ ਹੈ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਕਿਵੇਂ ਠੰਡੇ ਬੁਰਜ ਦੇ ਵਿੱਚ 3 ਦਿਨ ਗਰਮ ਦੁੱਧ ਦਾ ਲੰਗਰ ਲੈ ਕੇ ਛੋਟੇ ਸਾਹਿਬਜ਼ਾਦੇ ਲਈ, ਮਾਤਾ ਗੁਜਰ ਕੌਰ ਲਈ ਜਾਂਦੇ ਸਨ।
ਤੇ ਬੜੀ ਮਨ ਦੇ ਵਿੱਚ ਰੀਝ ਆਈ ਕਿ ਆਪਾਂ ਵੀ ਕਿਸੇ ਤਰ੍ਹਾਂ ਇੱਕ ਤਾਂ ਉੱਠਿਆ ਜਾਵੇਗਾ ਸਵੇਰੇ, ਉਹ ਚੀਜ਼ ਨੂੰ ਮਹਿਸੂਸ ਕਰਾਂਗੇ ਅਸੀਂ ਸਵੇਰੇ ਕਿਵੇਂ ਠੰਡ ਦੇ ਵਿੱਚ ਪੋਹ ਦੀਆਂ ਰਾਤਾਂ ਦੇ ਵਿੱਚ ਉਹ ਜਿਹੜਾ ਸਾਕਾ ਵਾਪਰਿਆ ਸੀ ਉਸ ਨੂੰ ਖੁਦ ਮਹਿਸੂਸ ਕਰਨਾ ਚਾਹੁੰਦੇ ਸੀ, ਨਾਲ ਛੋਟਾ ਬੱਚਾ, ਨਾਲ ਮੇਰੀ ਧਰਮ ਪਤਨੀ। ਅਸੀਂ ਇੱਕ ਆਪ ਬਹਿ ਕੇ ਇੱਕ ਵਿਚਾਰ ਬਣਾਈ ਕਿ ਅਸੀਂ ਇਹ ਸ਼ੁਰੂ ਕਰਨਾ, ਕੋਈ ਸੰਸਥਾ ਨਹੀਂ ਹੈ ਸਾਡੀ। ਫਿਰ ਮੈਂ ਸਾਡੇ ਵੱਡੇ ਵੀਰ ਸਰਦਾਰ ਮਨਜਿੰਦਰ ਸਿੰਘ ਜੀ ਬਿੱਟੂ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ, ਉਹਨਾਂ ਦੇ ਨਾਲ ਇਹ ਫੁਰਨਾ ਸਾਂਝਾ ਕੀਤਾ ਕਿ ਮੈਂ ਇਹ ਕਰਨਾ ਚਾਹੁੰਦਾ ਹਾਂ ਅਤੇ ਸਾਡਾ ਪਰਿਵਾਰ ਦਾ ਇਹ ਮਤਲਬ ਹੈ। ਉਹ ਕਹਿੰਦੇ ਕਿ ਯਾਰ ਮੇਰੇ ਵੱਲੋਂ ਪੂਰੀ ਹੱਲਾਸ਼ੇਰੀ ਹੈ, ਉਹਨਾਂ ਨੇ ਪੂਰਾ ਹੱਲਾਸ਼ੇਰੀ ਦਿੱਤੀ ਕਿ ਮੇਰਾ ਸਾਥ ਹੈ, ਤੁਸੀਂ ਜਿੰਨੇ ਦਿਨ ਲੰਗਰ ਲਗਾਉਣਾ ਚਾਹੁੰਦੇ ਹੋ, ਜਿਵੇਂ ਚਾਹੁੰਦੇ ਹੋ, ਜੋ ਸੇਵਾ ਮੈਨੂੰ ਲਾਓਗੇ ਮੇਰੇ ਲਈ ਉਹ ਮੈਂ ਹਾਜ਼ਰ ਹਾਂ। ਉਹਨਾਂ ਨੇ ਪਹਿਲੇ ਦਿਨ ਤੋਂ ਸੇਵਾ ਸ਼ੁਰੂ ਕੀਤੀ, ਉਸ ਤੋਂ ਬਾਅਦ ਸੰਗਤਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਤਕਰੀਬਨ 20 ਕਿਲੋ ਦੁੱਧ ਤੋਂ ਸ਼ੁਰੂ ਕੀਤਾ ਸੀ ਔਰ ਅੱਜ ਅਸੀਂ 45 ਕਿਲੋ ਦੁੱਧ ਲੈ ਕੇ ਆਏ ਹਾਂ। ਇਹ ਹੈ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਉਹ ਆਪ ਹੀ ਬਖਸ਼ਿਸ਼ ਕਰ ਰਹੇ ਨੇ ਅਤੇ ਸੇਵਾ ਚੱਲ ਰਹੀ ਹੈ। ਔਰ ਕੱਲ੍ਹ 28 ਤਰੀਕ ਨੂੰ ਸ਼ਾਮ ਨੂੰ 7 ਤੋਂ 9 ਗੁਰਦੁਆਰਾ ਸ਼ਹੀਦਗੰਜ ਸਾਹਿਬ, ਉੱਥੇ ਕੱਲ੍ਹ ਕੀਰਤਨ ਦਰਬਾਰ ਵੀ ਹੈ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਉੱਥੇ ਹੀ ਕੱਲ੍ਹ ਦੁੱਧ ਦੇ ਲੰਗਰ ਦੀ ਸਮਾਪਤੀ 7 ਤੋਂ 9 ਸ਼ਾਮ ਨੂੰ ਕੀਤੀ ਜਾਵੇਗੀ।